ਆਜ਼ਾਦ ਪ੍ਰੈਸ ਕਲੱਬ ਮੋਰਿੰਡਾ ਅਤੇ ਗਿੱਲ ਹੋਸਪਿਟਲ ਦੇ ਸਹਿਯੋਗ ਨਾਲ ਇੱਕ ਐਂਬੂਲੈਂਸ ਤਿਆਰ ਕੀਤੀ ਗਈ, ਜਿਸ ਨੂੰ SDO ਮੋਰਿੰਡਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਅੱਜ ਦਿਨ ਪ੍ਰਤੀਦਿਨ ਵੱਧ ਰਹੀ ਆਵਾਜਾਈ ਕਾਰਨ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਲੋੜ ਹੁੰਦੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਸੋਹੀ ਅਤੇ ਕਲੱਬ ਦੇ ਸਰਪ੍ਰਸਤ ਮੋਹਨ ਸਿੰਘ ਰੱਤੂ, ਡਾਕਟਰ ਗੁਰਸੇਵਨ ਸਿੰਘ ਮਾਨ ਹੋਸਪਿਟਲ ਅਤੇ ਜਗਦੀਪ ਸਿੰਘ ਸ਼ੇਰਗਿੱਲ ਹੋਸਪਿਟਲ, ਮੁਕੇਸ਼ ਸੂਦ ਪੱਤਰਕਾਰ, ਸੁਰਜੀਤ ਸਿੰਘ ਰੱਤੂ ਹਾਜ਼ਰ ਸਨ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਮੋਰਿੰਡਾ ਸਾਹਿਬ ਵਿਖੇ, ਜਿੱਥੇ ਅੱਜ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਆਜ਼ਾਦ ਪ੍ਰੈਸ ਕਲੱਬ ਦੇ ਸਹਿਯੋਗ ਦੇ ਨਾਲ ਇੱਕ ਐਂਬੂਲੈਂਸ ਜਿਹੜੀ ਲੋਕ ਸੇਵਾ ਲਈ ਜਿਹੜੀ ਸਮਰਪਿਤ ਕੀਤੀ ਜਾ ਰਹੀ ਹੈ। ਸਾਡੇ ਨਾਲ ਸਾਡੇ ਕਲੱਬ ਮੈਂਬਰ ਵੀ ਹਨ ਅਤੇ ਡਾਕਟਰ ਸਾਹਿਬ ਵੀ ਹਨ, ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਸੀਂ ਕਿਸ ਤਰ੍ਹਾਂ ਸੇਵਾ ਕਰਨਗੇ? ਹਾਂਜੀ, ਸ਼ਹਿਰ ਦੇ ਲੋਕਾਂ ਨੂੰ ਕਾਫੀ ਜ਼ਰੂਰਤ ਸੀ ਐਂਬੂਲੈਂਸ ਦੀ। ਰਾਤ ਬਰਾਤੇ ਕਾਫੀ ਦਿੱਕਤ ਆਉਂਦੀ ਸੀ ਲੋਕਾਂ ਨੂੰ ਪੇਸ਼ੈਂਟ ਇੱਥੋਂ ਕਿਤੇ ਹੋਰ ਟ੍ਰਾਂਸਫਰ ਕਰਨ ਦੇ ਵਿੱਚ, ਅਤੇ ਇਸ ਕਰਕੇ ਅਸੀਂ ਉਪਰਾਲਾ ਕੀਤਾ ਸਾਰਿਆਂ ਦੇ ਸਹਿਯੋਗ ਦੇ ਨਾਲ, ਅਤੇ ਐਂਬੂਲੈਂਸ ਜਿਹੜੀ 24 ਘੰਟੇ ਸਰਵਿਸ ਦੇਵੇਗੀ ਸ਼ਹਿਰ ਦੇ ਲੋਕਾਂ ਨੂੰ। ਹਾਂਜੀ, ਨੰਬਰ ਦਿੱਤਾ ਹੋਇਆ ਸਰ, ਐਂਬੂਲੈਂਸ ਦੇ ਉੱਪਰ ਵੀ ਦਿੱਤਾ ਹੋਇਆ ਸੀ ਨੰਬਰ, ਅਤੇ ਹੋਸਪਿਟਲ ਦੇ ਨੰਬਰ ਵੀ ਲਿਖੇ ਹੋਏ ਆ। ਹੋਸਪਿਟਲ 'ਚ ਵੀ ਅਸੀਂ ਐਡ ਕਰ ਰਹੇ ਹਾਂ ਇਸ ਚੀਜ਼ ਦੀ ਕਿ ਐਂਬੂਲੈਂਸ 24 ਘੰਟੇ ਅਸੀਂ ਅਵੇਲੇਬਲ ਕਰਵਾ ਰਹੇ ਹਾਂ ਜੀ। ਡਾਕਟਰ ਸਾਹਿਬ ਨੇ ਸਾਰੀ ਜਾਣਕਾਰੀ ਦਿੱਤੀ, ਅਸੀਂ ਮੋਹਨ ਸਿੰਘ ਰੱਤੂ ਜਿਹੜੇ ਗੱਡੀ ਦੇ ਮੇਨ ਕਰਤਾ ਧਰਤਾ ਹਨ, ਗੱਲਬਾਤ ਕਰਾਂਗੇ। ਹਾਂਜੀ ਰੱਤੂ ਜੀ, ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਇੱਥੇ ਪਹੁੰਚਣ 'ਤੇ। ਪਹਿਲਾਂ ਤਾਂ ਜੀ ਤੁਹਾਨੂੰ ਵੀ ਵਧਾਈਆਂ, ਤੁਸੀਂ ਵੀ ਨਾਲ ਲਾਈਵ ਟੈਲੀਕਾਸਟ ਵਾਸਤੇ ਗੱਡੀ ਪਾਈ ਹੈ, ਵੀ ਬਹੁਤ ਵਧੀਆ ਉਪਰਾਲਾ ਤੁਹਾਡਾ ਵੀ ਕਰਿਆ, ਜਿਹੜਾ ਤੁਸੀਂ ਰੋਪੜ ਦੇ ਵਿੱਚ ਗੱਡੀ ਪਾ ਕੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਮਿਲਣੀ ਹੈ। ਇਸੇ ਤਰ੍ਹਾਂ ਸਾਡੇ ਵੀ ਡਾਕਟਰ ਸਾਹਿਬ ਅਤੇ ਗਿੱਲ ਸ਼ੇਰਗਿੱਲ ਹੋਸਪਿਟਲ ਅਤੇ ਮਾਨ ਹੋਸਪਿਟਲ, ਡਾਕਟਰ ਸਾਹਿਬ ਇਹ ਵੀ ਖੜ੍ਹੇ ਆਪਣੇ ਨਾਲ, ਇਹਨਾਂ ਦੇ ਸਹਿਯੋਗ ਨਾਲ ਆਪਾਂ ਨੇ ਇਹ ਗੱਡੀ ਐਂਬੂਲੈਂਸ ਪਾਈ ਹੈ ਜੀ, ਜਿਹਦੇ ਨਾਲ ਆਮ ਲੋਕਾਂ ਨੂੰ ਸਹੂਲਤ ਮਿਲ ਸਕੇ। ਅਤੇ ਅਸੀਂ ਗੱਡੀ ਦੇ ਉੱਪਰ ਨੰਬਰ ਪਾਏ ਹੋਏ ਹਾਂ ਜੀ, ਹੋਸਪਿਟਲ ਦੇ ਵੀ ਨੰਬਰ ਹੈਗੇ ਹੈ ਅਤੇ ਮੇਰੇ ਆਪਣੇ ਪਰਸਨ ਨੰਬਰ ਹੈਗੇ ਹੈ, ਉਹਦੇ ਵਿੱਚ ਸਾਨੂੰ ਫੋਨ ਕਾਲ ਆਵੇ ਤਾਂ ਕਾਲ ਆਉਣ 'ਤੇ ਅਸੀਂ ਇਹਨੂੰ ਗੱਡੀ ਭੇਜਾਂਗੇ। ਨੰਬਰ ਵੀ ਕੋਈ ਅਜੇ ਜਨਤੀ ਕਰਾਂਗੇ ਜਿਹੜਾ ਲੋਕਾਂ ਨੂੰ ਯਾਦ ਰਹੇ? ਉਹ ਅਸੀਂ ਸੋਚ ਰਹੇ ਹਾਂ ਵੀ ਇੱਕ ਨੰਬਰ ਛੋਟਾ ਨੰਬਰ ਲੈ ਕੇ ਅਸੀਂ ਉਹਨੂੰ ਪਾਈਏ, ਜਿਹਦੇ ਨਾਲ ਸਾਨੂੰ ਦੋ ਤਿੰਨ ਨੰਬਰਾਂ 'ਤੇ ਹੀ ਕਾਲ ਆ ਜੇ ਕਰੇ।